writing music for. If you're writing your music for the guy at the office, then your public enemy's doing a bad job. But if they were doing their music for black people or for people who want to come to a better understanding on how things really are, then they did a good job. You know what I'm saying? Because I want to see the true picture. ਗੱਲ ਰਵੇ ਮੇਰੇ ਆਸ਼ਾ ਸ਼ੂਟਰਾਂ ਕੀ ਟੋਲੀ ਅੱਜ ਸ਼ਹਿਰਾਂ ਵਾਲੇ ਫੈਨ ਦੇਖ ਮਾਰੀ ਠੇਡ ਬੋਲੀ ਕਦੇ ਮੰਗੀ ਨਾ ਚੀਜ਼ ਕੋਈ ਪਸਾਰ ਕਹਿਣਾ ਜੋੜੀ ਭਰੋਸਾ ਕੋ ਨਾ ਮਨਾਈ ਨਾ ਹੱਥਾਂ ਕੀ ਲਕੀਰਾ ਪੈ ਰੱਖਿਆ ਨਾ ਟਰਸਟ ਕਦੇ ਬਾਬੇ ਫਕੀਰਾ ਪੈ ਕੋਲ ਜੂ ਲੱਗੈ ਰਜੁਨ ਕਸ ਤੀਰ ਕਾਕਾ ਬੋਲੇ ਸੈ ਸੱਚ ਕਦੇ ਪੇਕੀ ਨਾ ਜ਼ਮੀਰ ਅੱਜ ਕੋ ਨਾ ਨੋਟ ਜੇਬਾਂ ਮੈਂ ਦਿਲ ਤੇ ਅਮੀਰ ਖੁੱਲੀ ਅੱਖਾਂ ਤੇ ਦੇਖੇ ਹਮਨੇ ਵੀ ਸੁਪਨੇ ਦੋਗਲਾ ਕੀ ਭੀੜ ਮੈਂ ਵੀ ਖੜੇ ਦੇਖੇ ਆਪਣੇ ਹਾਂ ਕਰੀ ਮਿਹਨਤ ਕਦੇ ਹੋੜ ਨਾ ਕਰੀ ਚੀਤਾ ਸੁਕੁੱਤਾ ਗੱਲ ਤੋੜ ਨਾ ਕਰੀ ਤੜੀ ਪਾਰ ਹੋਣਾ ਚ ਕੁਹੜ ਗਏ ਗਾਣਾ ਛੇਤਰ ਸਾਊਥ ਦਿੱਲੀ ਗੁੜਗਾਮੇ ਤੱਕ ਜਾਣਾ ਪੰਮ ਪੰਮ ਬੋਲੇ ਮੇਰੀ ਗਾੜੀਆਂ ਕੇ ਸ਼ੀਸ਼ੇ ਬਣ ਰਹੇ ਸੇ ਮੋਡੇ ਬੱਚੀਏ ਕੋ ਨਾ ਪੀਸੇ ਰਾਤੀ 8 ਵਜੇ ਬਾਅਦ ਹਮ ਭੋਲੇ ਕਿਸੇ ਅੰਡਰ ਕਹਿ ਲੀਏ ਭਗਤ ਤੂੰ ਕਹੀਏ ਨਾ ਲਫੰਡਰ ਪਟੇ ਕੇ ਪਾਛੇ ਤੇਰੇ ਸ਼ਹਿਰ ਉੱਠਗਾ ਬਵੰਡਰ ਉੱਠਗਾ ਬਵੰਡਰ. What we're doing is using our brain to get out of the ghetto any way we can. So we tell these stories, you know what I'm saying? And they tend to be violent because our world tends to be filled with violence. ਕਾਮਯਾਬ ਕੀ ਨਾ ਬੇਰਾ ਮਨ ਹੈ ਕੌਣ ਸੀ ਰਚਾਬੀ ਕਿਸ ਕਿਸ ਕਾਪੀ ਆਪਾਂ ਬਣਾਂਗੇ ਖਿਤਾਬੀ ਆਲੀਆ ਟੈਮ ਇਬ ਕਰਨਾ ਸ਼ਿਕਾਰ ਸੈ ਗਾਂਧੀ ਕਾ ਕੋ ਨਾ ਮਨ ਹੈ ਫੇਮ ਕਾ ਬੁਖਾਰ ਸੈ ਮਾਰੀ ਅਦਾਲਤਰ ਮਾਰੀ ਸਰਕਾਰ ਸੈ ਕੱਟ ਜੈਸੇ ਤਨੇ ਬੀਰ ਪਾਨੀ ਪਰੋਟੇ ਦੋ ਗਜ ਕੀ ਦੂਰੀ ਤੇਰੇ ਉਠੇ ਮਰੋੜੇ ਰੋਟੀ ਖਾਈ ਅੱਕੀ ਨਾ ਕਿਸੇ ਆਘਾਤ ਜੋੜੇ ਖੇਲ ਖੇਲ ਛੋਡੇ ਰਾਜਨੀਤੀਆਂ ਕੇ ਖੇਲ ਹਮਨੇ ਪਿਛਾਣੇ ਐਸੀ ਕੋ ਨਾ ਕੋਈ ਜੇਲ ਦਿੱਲੀ 30 ਤੇ ਚੱਲ ਈ ਬਗੀਤਾ ਕੀ ਰੇਲ ਖਦੇੜ ਜਾਣਾ ਸਭ ਮੇਰਾ ਏਕੇ ਓ ਮਿਸ਼ਨ ਹੈ ਸਮਝਿਆ ਨਾ ਤੂੰ ਮਾਰਾ ਥਰਡ ਆਈ ਵਿਜ਼ਨ ਹੈ ਟੋਪ ਨੋਚ ਗਾਣੇ ਦੇਣਾ ਮਾਰਾ ਐਂਬੀਸ਼ਨ ਹੈ ਮੈਂ ਤੋੜੂ ਕਲਮ ਸ਼ਾਈ ਤੇ ਤੇਰੀ ਮਰੋੜ ਜਿੱਤ ਚੱਲ ਮਾਰੇ ਸਿੱਕੇ ਤੇਰੇ ਚੱਲ ਨਾ ਕਰੋੜ ਯੋ ਮੇਰਾ ਏ ਜੰਗਲ ਹੈ ਤੂੰ ਇਸਕਾ ਸ਼ੇਰ ਮੈਂ ਵੀ ਸ਼ਿਕਾਰੀ ਆ ਜਤਨੇ ਕਰੂ ਢੇਰ ਤੂੰ ਪਾਰਟੀ ਕਰੇ ਯਾਰ ਬੇਬੀ ਪੂਰੀ ਰੇਵ ਤੇਰੇ ਪਹੁਣੀ ਨਾ ਰਾਈਡ ਇਸ ਜਾਟ ਕੀ ਆ ਵੇਵ.